ਪੰਜਾਬ ਪੁਲਿਸ ਦੇ ਵੱਲੋਂ ਉਸ ਵਹਿਸ਼ੀ ਦਰਿੰਦੇ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਨੇ ਲੜਕੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਸੜਕ ਤੇ ਹੀ ਕਤਲ ਕਰ ਦਿੱਤਾ ਸੀ। ਦੱਸਦੀ ਕਿ ਪੁਲਿਸ ਦੇ ਮੁਤਾਬਕ ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ। ਲੜਕਾ ਤੇ ਲੜਕੀ ਦੇ ਵਿੱਚ ਕਾਫੀ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ ਤੇ ਇਸ ਦੌਰਾਨ ਹੁਣ ਸਿਰਫਿਰੇ ਨੇ ਇਸ ਲੜਕੀ ਦਾ ਸ਼ਰੇਆਮ ਸੜਕ ਤੇ ਹੀ ਕਿਰਪਾਨਾ ਮਾਰ ਕੇ ਕਤਲ ਕਰ ਦਿੱਤਾ। ਹਾਲਾਂਕਿ ਲੜਕੀ ਆਪਣੀ ਜਾਨ ਬਚਾਉਣ ਲਈ ਭੱਜਦੀ ਰਹੀ ਪਰ ਇਸ ਵਹਿਸ਼ੀ ਦਰਿੰਦੇ ਨੇ ਇੱਕ ਨਹੀਂ ਦੋ ਨਹੀਂ ਬਲਕਿ ਦਰਜਣਾ ਵਾਰ ਉਸ ਤੇ ਕੀਤੇ। ਜਦੋਂ ਸੜਕ ਤੇ ਪਈ ਸੀ ਉਸ ਵੇਲੇ ਵੀ ਉਸ ਤੇ ਵਾਰ ਕਰਦਾ ਰਿਹਾ, ਖੂਨ ਹੀ ਖੂਨ। ਦੱਸਦੀ ਹੈ ਕਿ ਬੁਰੀ ਤਰ੍ਹਾਂ ਦੇ ਨਾਲ ਉਸ ਲੜਕੀ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਹਸਪੀਟਲ ਪਹੁੰਚ ਕੇ ਮੌਤ ਹੋ ਗਈ। ਫਤਿਹਗੜ੍ਹ ਸਾਹਿਬ ਦੇ ਪਿੰਡ ਫਤਿਹਪੁਰ ਜੱਟਾਂ ਦੇ ਨਾਲ ਸੰਬੰਧਿਤ ਲੜਕੀ ਦੱਸੀ ਜਾ ਰਹੀ ਹੈ ਹਰ ਰੋਜ਼ ਪਿੰਡ ਤੋਂ ਹੀ ਇੱਥੇ ਜੌਬ ਕਰਨ ਆਉਂਦੀ ਸੀ ਮੋਹਾਲੀ ਦੇ ਵਿੱਚ ਤੇ ਜਦੋਂ ਸਵੇਰ ਵੇਲੇ 9 ਕੁ ਵਜੇ ਆਪਣੇ ਕੰਮ ਤੇ ਪਹੁੰਚਦੀ ਹੈ, ਡਿਊਟੀ ਤੇ ਆ ਰਹੀ ਸੀ, ਰਸਤੇ ਦੇ ਵਿੱਚ ਤਾਂ ਆਟੋ ਤੋਂ ਉਤਰਦੀ ਹੈ। ਉਸੇ ਦੌਰਾਨ ਇਹ ਪਹਿਲਾਂ ਤੋਂ ਹੀ ਪੂਰੀ ਕਾਤ ਲਾ ਕੇ ਖੜਾ ਹੁੰਦਾ ਹੈ ਤੇ ਉਸ ਤੇ ਕਿਰਪਾਨ ਦੇ ਨਾਲ ਹਮਲਾ ਕਰ ਦਿੰਦਾ ਹੈ। ਸਿਰਫਿਰੇ ਨੇ ਹਮਲਾ ਕੀਤਾ ਹੈ, ਹਾਲਾਂਕਿ ਇਸ ਨੇ ਪੂਰੀ ਤਰ੍ਹਾਂ ਦੇ ਨਾਲ ਆਪਣਾ ਮੂੰਹ ਸਿਰ ਢੱਕਿਆ ਹੋਇਆ ਸੀ ਤੇ ਵਾਰਦਾਤ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਜਾਂਦਾ ਹੈ। ਪਰ ਪੁਲਿਸ ਨੇ ਹੁਣ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਬਲਜਿੰਦਰ ਕੌਰ ਲੜਕੀ ਦਾ ਨਾਮ ਹੈ। ਦੱਸਦੀਏ ਕਿ ਇਸ ਦਾ ਕਤਲ ਕੀਤਾ ਗਿਆ ਹੈ ਤੇ ਹੁਣ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਵੀ ਹਸਪੀਟਲ ਪਹੁੰਚ ਚੁੱਕੇ ਨੇ ਤੇ ਪੁਲਿਸ ਨੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਤਾਂ ਪ੍ਰੇਮ ਸੰਬੰਧਾਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਲੜਕੇ ਦੇ ਵੱਲੋਂ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਮੋਹਾਲੀ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ। ਮੋਹਾਲੀ ਦੇ ਫੇਜ਼ 5 ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਸਵੇਰ ਵੇਲੇ ਇਸ ਲੜਕੀ ਦਾ ਕਿਰਪਾਨਾ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ। ਰੂਹ ਕੰਬਾਉਣ ਵਾਲੀ CCTV ਸਾਹਮਣੇ ਆਈ ਹੈ। ਜਿਉਂ ਹੀ ਇਹ ਲੜਕੀ ਆਟੋ ਦੇ ਵਿੱਚੋਂ ਉਤਰਦੀ ਹੈ, ਕੁਝ ਹੋਰ ਸਵਾਰੀਆਂ ਵੀ ਉਤਰਦੀਆਂ ਨੇ, ਤਾਂ ਪਹਿਲਾਂ ਤੋਂ ਹੀ ਤਿਆਰ ਬਰ ਤਿਆਰ ਖੜਾ ਇਹ ਸਿਰਫਰਾ ਉਸ ਤੇ ਕਿਰਪਾਨ ਦੇ ਨਾਲ ਹਮਲਾ ਕਰ ਦਿੰਦਾ ਹੈ। ਉਹ ਭੱਜਦੀ ਹੈ ਜਾਨ ਬਚਾਉਣ ਦੇ ਲਈ ਪਰ ਇਹ ਉਸ ਦੇ ਪਿੱਛੇ ਭੱਜ ਲੈਂਦਾ ਹੈ ਤੇ ਉਸ ਤੇ ਕਈ ਵਾਰ ਕਰਦਾ ਹੈ ਜਿਸ ਤੋਂ ਬਾਅਦ ਉਹ ਸੜਕ ਤੇ ਡਿੱਗ ਪੈਂਦੀ ਹੈ ਤੇ ਸੜਕ ਤੇ ਡਿੱਗੀ ਦੇ ਵੀ ਇਹ ਵਾਰ ਕਰਦਾ ਰਹਿੰਦਾ ਹੈ। ਹਾਲਾਂਕਿ ਉੱਥੋਂ ਲੋਕ ਗੁਜ਼ਰ ਰਹੇ ਨੇ, ਭੀੜ ਭਾੜ ਵਾਲਾ ਇਲਾਕਾ ਹੈ, ਚਹਿਲ ਪਹਿਲ ਹੈ, ਪਰ ਕਿਸੇ ਤੋਂ ਵੀ ਇਸ ਲੜਕੀ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਹੋਈ ਕਿਉਂਕਿ ਇੰਨੀ ਜਲਦਬਾਜ਼ੀ ਦੇ ਵਿੱਚ ਇਹ ਸਭ ਕੁਝ ਵਾਪਰਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਹੋ ਕੀ ਰਿਹਾ ਹੈ। ਤਾਂ ਸੜਕ ਤੇ ਹੀ ਇਸ ਲੜਕੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਹਾਲਾਂਕਿ ਹੁਣ ਪੁਲਿਸ ਨੇ ਦਰਿੰਦੇ ਨੂੰ ਕਾਬੂ ਕਰ ਲਿਆ ਹੈ।